ਨਵਜੋ ਸਿੰਘ ਸਿੱਧੂ ਕੱਲ ਮਾਨਸਾ ਦੇ ਵਿੱਚ ਗਏ ਸੀਗੇ ਉੱਥੇ ਪੀਸੀ ਦੇ ਦਰਮਿਆਨ ਉਹਨਾਂ ਨੇ ਕਾਫੀ ਗੱਲਾਂ ਕੰਗੀਆਂ ਸਰਕਾਰ ਤੇ ਵੀ ਸਵਾਲ ਕਰੇ ਆ ਨਾਲ ਦੀ ਨਾਲ ਹੋਰ ਵੀ ਆਸੇ ਪੱਸੀ ਦੀਆਂ ਗੱਲਾਂ ਕੰਗੀਆਂ ਨੇ ਜਿਲ੍ਹੇ ਦੇ ਅੰਦਰ ਦਾ ਵੀ ਹਾਲ ਚਾਲ ਉਹ ਦੱਸ ਕੇ ਆਏ ਨੇਗੇ ਤਾਂ ਉਹ ਕਿਹੜੇ ਪਾਸੇ ਨੂੰ ਗੱਲਾਂ ਜਾਂਦਗੀਆਂ ਨੇ ਨਵਜੋ ਸਿੰਘ ਸਿੱਧੂ ਇਹਦੇ ਕੋਲ ਜੇਲ੍ਹ ਦਾ ਹਾਲ ਜੇਲ੍ਹ ਚੋਂ ਆਇਆ ਬੰਦਾ ਉਸ ਤੋਂ ਕੋਈ ਬੈਸਟ ਨਹੀਂ ਹੈ ਜਿਹੜਾ ਦੱਸ ਸਕੇ ਜੀ ਉਹ ਕਹਿ ਲੋ ਕਿ ਪਰਫੈਕਟ ਹੈ ਜੀ ਜਿਹੜਾ ਬੰਦਾ ਉੱਥੋਂ ਜਾ ਆ ਚਾਹੇ 1-2 ਦਿਨ ਹੀ ਰਿਹਾ ਹੋਵੇ ਨਾ ਉਹ ਵੀ ਐ ਪਾਉਂਦਾ ਪਾਉਂਦਾ ਫਲਾਣਾ ਫਲਾਣਾ ਪਿੰਡ ਤੋਂ ਉਹਨੂੰ ਮਿਲ ਲਿਆ ਉਹਨੂੰ ਮਿਲ ਲਿਆ ਉਹ ਵੀ ਸਾਰਾ ਡਾਟਾ ਚੱਕ ਲਿਆ ਹੁੰਦਾ ਨਾਲ ਹੀ ਤਾਂ ਮਤਲਬ ਕਿ ਪੂਰੀ ਸਕ੍ਰਿਪਟ ਬਣ ਜਾਂਦੀ ਆ ਜੀ ਤਾਂ ਨਵਜੋਤ ਸਿੰਘ ਸਿੱਧੂ ਨੇ ਜਿਹੜੀਆਂ ਜੇਲ੍ਹ ਦੇ ਅੰਦਰ ਦੀਆਂ ਗੱਲਾਂ ਕਹੀਆਂ ਨੇ ਉਹ ਦੋ ਵੱਡੀਆਂ ਗੱਲਾਂ ਨੇ ਇੱਕ ਤੇ ਆ ਕਿ ਉਹ ਕਹਿੰਦੇ ਆ ਕਿ 10 ਰੁਪਏ ਦਾ ਨੋਟ ਅੰਦਰ ਨਹੀਂ ਜਾਣ ਦਿੱਤਾ ਜਾਂਦਾ ਫਿਰ 2000 ਦੀ ਪੁੜੀ ਅੰਦਰ ਕਿਵੇਂ ਚਲੇ ਜਾਂਦੀ ਆ ਜੀ ਹੁਣ ਇਹ ਜਰਦੇ ਦੀ ਪੁੜੀ ਨੂੰ ਕਹਿ ਰਹੇ ਆ ਜਾਂ ਸਮੈਕ ਦੀ ਪੁੜੀ ਨੂੰ ਕਿਉਂਕਿ ਮੈਂ ਸਪਸ਼ਟ ਕਰ ਦੇਵਾਂ ਕਿ ਮੈਂ ਪੀਸੀ ਨਹੀਂ ਸੁਣੀ ਕੱਲ ਸਾਡਾ ਪ੍ਰੋਗਰਾਮ ਸੀਗਾ ਜਿਸ ਵੇਲੇ ਇਹਨਾਂ ਦੀ ਪੀਸੀ ਚੱਲ ਰਹੀ ਸੀ ਤੇ ਬਾਅਦ ਦੇ ਵਿੱਚ ਪੂਰੀ ਪੀਸੀ ਨਹੀਂ ਸੁਣਦਾ ਸਮਾਂ ਮਿਲਿਆ ਪਰੰਤੂ ਜੋ ਮੀਡੀਆ ਚ ਆਂਸ਼ੇ ਸ਼ਪੇ ਨੇ ਜਿਵੇਂ ਮੀਡੀਆ ਨੇ ਪਹਿਲਾਂ ਤੇ ਸਵੇਰ ਤੋਂ ਕਿ ਨਿਕਲ ਰਿਹਾ ਸਿੱਧੂ ਟੱਪ ਰਿਹਾ ਸਿੱਧੂ ਤੇ ਜਦੋਂ ਪੀਸੀ ਕਰਨੀ ਸੀ ਉਦੋਂ ਮਾਇਕ ਜਿਹੜੇ ਸੀਗੇ ਪਿਛਾਂ ਦੀ ਪਿਛਾਂ ਲੈ ਕੇ ਭੱਜ ਗਏ। ਉਹਦੋਂ ਉਹ ਟੱਪ ਗਏ। ਜਾਂ ਉਹਨਾਂ ਚੋਂ ਕੁਝ ਕੁ ਟੱਪ ਗਏ। ਆ ਕੁਛ ਕੁ ਕਹਿ ਰਹੇ ਆ। ਜੀ। ਤੇ ਉਹ ਸਾਰਿਆਂ ਨੂੰ ਪਤਾ ਕਿ ਕਿਹੜੇ-ਕਿਹੜੇ ਨੇ। ਤਾਂ ਉਹ ਤਾਂ ਨਿਕਲ ਕੇ ਬਹਿ-ਬਹਿ ਕੇ ਕਿਉਂਕਿ ਪੀਸੀ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੇ ਤੜਕਾ ਲਾਉਣਾ ਸੀਗਾ। ਨਵਜੋਤ ਸਿੰਘ ਸਿੱਧੂ ਨੇ ਰੜਕਾਂ ਕੱਢਣੀਆਂ ਸੀ। ਰਗੜੇ ਲੱਗਣੇ ਹੀ ਰਕਣੇ ਸੀ। ਇਹ ਤਾਂ ਗੱਲਾ ਸਾਫ਼ ਹੀ ਸੀ। ਇਹ ਸਪਸ਼ਟ ਸੀ। ਤਾਂ ਹੁਣ ਦੇਖੋ ਦੋ ਵੱਡੀਆਂ ਗੱਲਾਂ ਜਿਹੜੀਆਂ ਮੈਂ ਕਹਿ ਰਿਹਾ ਕਿ ਇੱਕ ਤੇ ਇਹ ਵੀ ਤੁਸੀਂ ਕਰੰਸੀ ਦਾ ਇੱਕ ਨੋਟ ਜਿਹੜਾ 10 ਵਾਲਾ ਉਹ ਨਹੀਂ ਅੰਦਰ ਜਾਣ ਦਿੰਦੇ ਜਿਹਦੇ ਤੇ ਸਖਤੀ ਹੈ ਕਿ ਨਗਦੀ ਨਹੀਂ ਅੰਦਰ ਜਾਏਗੀ ਤਾਂ ਫਿਰ ਪੁੜੀ ਕਿਦਾਂ ਚੱਲ ਜਾਂਦੀ ਹੈ ਤੇ ਪੁੜੀ ਦੀ ਆਪਣੀ ਇੱਕ ਕਹਾਣੀ ਹੈ ਉਹ ਪੁੜੀ ਕਿਸ ਤਰ੍ਹਾਂ ਤੁਰਦੀ ਹੈ ਜਿਵੇਂ ਜ਼ਰਦੇ ਦੀਆਂ ਪੁੜੀਆਂ ਉਹ 30 ਜਾਣੀਆਂ ਨੇ 20 ਜਾਣੀਆਂ ਨੇ ਜੀ ਫਿਰ ਉਹ ਬਾਹਰੋਂ ਕਿਸੇ ਹੋਰ ਰੇਟ ਤੇ ਦੁਕਾਨ ਤੋਂ ਤੇ ਹੋਰ ਰੇਟ ਤੇ ਮਿਲਦੀਆਂ ਨੇ ਨਾ ਜੀ ਫਿਰ ਉਹਨਾਂ ਦਾ ਰੇਟ ਜਿਹੜਾ ਹੈ ਜੇਲ ਦੀ ਡਿਊਟੀ ਜਾਂ ਕੰਦ ਤੱਕ ਹੋਰ ਹੋ ਜਾਂਦਾ ਕੰਦ ਤੋਂ ਗਾਂ ਉਹਦਾ ਹੋਰ ਹੋ ਜਾਂਦਾ ਤੇ ਗਾਂ ਕਈ ਵਾਰ ਤੇ ਚੁੰਡੀਆਂ ਚ ਵੀ ਹੋ ਜਾਂਦਾ ਉਹਦਾ ਜੀ ਐਨੇ ਦੀ ਚੁੰਡੀ ਐਨੇ ਦੀ ਚੁੰਡੀ ਇਹ ਪਹਿਲਾਂ ਵੀ ਅੱਜ ਤੋਂ ਜੇ ਮੈਂ ਦੱਸਾਂ ਤੁਹਾਨੂੰ 15 20 ਸਾਲ ਪਹਿਲਾਂ ਦੀਆਂ ਕਹਾਣੀਆਂ ਉਦੋਂ ਵੀ ਖਾਸਾ ਮਹਿੰਗਾ ਵਿਕਦਾ ਹੁੰਦਾ ਸੀ ਜਾਂਦਾ ਜੀ 70 70 ਰੁਪਏ ਦੀ ਪੁੜੀ ਲੈ ਕੇ ਲੋਕ ਲਾਉਂਦੇ ਸੀਗੇ ਹੁਣ ਮੈਨੂੰ ਪਤਾ ਨਹੀਂ ਐਗਜ਼ੈਕਟ ਪਰੇ 2000 ਦੀ ਪੂੜੀ ਕਹਿ ਗਏ ਨੇ ਹੁਣ ਜਰਦੇ ਵਾਲੀ ਪੂੜੀ ਦਾ ਮੈਂ ਤੁਹਾਨੂੰ ਦੱਸ ਦਿੱਤਾ ਹੈ ਸਮੈਕ ਵਾਲੀ ਪੂੜੀ ਆ ਕੋਕੀਨ ਵਾਲੀ ਪੂੜੀ ਆ ਹੈਰੋਇਨ ਵਾਲੀ ਪੂੜੀ ਆ ਕਾਦੀ ਆ ਚਟੇ ਵਾਲੀ ਪੂੜੀ ਉਹ ਤਾਂ ਕਈ ਤਰ੍ਹਾਂ ਦੀ ਹੋ ਸਕਦੀ ਆ ਜੀ ਜੀ ਇੱਕ ਇਹ ਤਗੜਾ ਹਮਲਾ ਸੀਗਾ ਦੂਜਾ ਜਿਹੜੀ ਗੱਲ ਇੱਕ ਬਹੁਤ ਮਹੱਤਵਪੂਰਨ ਹੈ ਪਰ ਕਦੇ ਵੀ ਉਹ ਗੌਲੀ ਨਹੀਂ ਜਾਂਦੀ ਕਿਉਂਕਿ ਬਹੁਤਿਆਂ ਨੂੰ ਪਤਾ ਹੀ ਨਹੀਂ 10% ਬੰਦਿਆਂ ਨੂੰ ਛੱਡ ਕੇ ਉਹ ਪਤਾ ਨਹੀਂ ਹੈ ਤੇ ਜਿਹੜੇ ਉਹ 10% ਦੇ ਆ ਉਹਨਾਂ ਚੋਂ ਵੀ ਜੇ ਆਪਾਂ ਇੱਕ ਵੱਡੀ ਫੀਸਦ ਕੱਢ ਦਈਏ ਤਾਂ ਉਹ ਸੋਸ਼ਲ ਮੀਡੀਆ ਵਗੈਰਾ ਤੇ ਸਾਰੇ ਆਪਣੀ ਕਹਿ ਲੋ ਕਿ ਹਾਜ਼ਰੀ ਨਹੀਂ ਰੱਖਦੇ ਜੀ ਜਾਂ ਉਹ ਨਹੀਂ ਬੋਲਣਾ ਚਾਹੁੰਦੇ ਇੱਕ ਅਧ ਫੀਸਦ ਹੈਗੇ ਆ ਜਿਹੜੇ ਬੋਲਦੇ ਵੀ ਆ ਜਿਨ੍ਹਾਂ ਨੂੰ ਜਾਣਕਾਰੀ ਵੀ ਆ ਉਹ ਕੀ ਆ ਸਿੱਧੂ ਨੇ ਇੱਕ ਬਹੁਤ ਅਹਿਮ ਨੁਕਤਾ ਚੁੱਕਿਆ ਨੁਕਤਾ ਇਹ ਚੁਕਿਆ ਹੈ ਕਿ ਉੱਥੇ ਜਿਹੜੇ ਬੰਦੇ ਅੰਡਰ ਟ੍ਰਾਇਲ ਨੇ ਕੱਚੇ ਕੈਦੀ ਨੇ ਕਾਨੂੰਨ ਦੇ ਮੁਤਾਬਕ ਜਿੰਨਾ ਤੋਂ ਕੰਮ ਨਹੀਂ ਲਿਆ ਜਾ ਸਕਦਾ ਜੀ ਉਹ ਇਹ ਗੱਲ ਕਹਿ ਰਹੇ ਨੇ ਕਿ ਭਾਈ ਇਹੋ ਜਿਹੇ ਵਿਅਕਤੀਆਂ ਕੋਲੋਂ ਥੋੜਾ ਥੋੜਾ ਉਹਨਾਂ ਨੂੰ ਮਾਲ ਪੱਤਾ ਦੇ ਕੇ ਚਾਹੇ ਜਰਦਾ ਹੈ ਜਾਂ ਕੁਝ ਹੋਰ ਆ ਉਹ ਦੇ ਕੇ ਉਹਨਾਂ ਤੋਂ ਕੰਮ ਲਿਆ ਜਾਂਦਾ ਬਹੁਤ ਭਾਰੀ ਜੇਲ੍ਹ ਦੇ ਵਿੱਚ ਅੱਛਾ ਜੀ ਇਹ ਬਹੁਤ ਵੱਡੀ ਸੱਚਾਈ ਹੈ ਭਾਵ ਕਿ ਜਿਹੜਾ ਕਿਤੇ ਰਿਕਾਰਡ ਤੇ ਆਉਣਾ ਹੀ ਨਹੀਂ ਕਿ ਬਈ ਉਹਨਾਂ ਨੇ ਕੀ ਕੰਮ ਕਾਜ ਕੀਤਾ ਦੂਜਿਆਂ ਨੇ ਤਾਂ ਆ ਜਾਂਦਾ ਮੇਰੇ ਖਿਆਲ ਨਾਲ ਬਿਲਕੁਲ ਜੀ ਉਹ ਤਾਂ ਟਿਕਟ ਤੇ ਹੋਏਗਾ ਨਾ ਉਹ ਤਾਂ ਹਿਸਟਰੀ ਹੋਏਗੀ ਸਾਰੀ ਜਿਹੜਾ ਪੱਕਾ ਕੈਦੀ ਹੋਏਗਾ ਉਹਦੀ ਇੱਕ ਹਿਸਟਰੀ ਟਿਕਟ ਬਣ ਗਈ ਮੰਨ ਲਓ ਤਾਂ ਉਹਦੇ ਵਿੱਚ ਉਹਨੇ ਕਿੱਥੇ ਕਿੰਨੇ ਦਿਨ ਕੰਮ ਕੀਤਾ ਕਿਹੜੀ ਗਾਂ ਫੇਰ ਮੁਸ਼ਕਲ ਦੇ ਵਿੱਚ ਜਾ ਕੇ ਕਿੰਨੇ ਦਿਨ ਕੰਮ ਕੀਤਾ ਉਹ ਤਾਂ ਬਕਾਇਦਾ ਸਾਰਾ ਕੁਝ ਰਿਕਾਰਡ ਤੇ ਚੜਿਆ ਜਾਏਗਾ ਜੀ ਉਹਦੀ ਕਿੰਨੀ ਮਜ਼ਦੂਰੀ ਬਣੀ ਉਜਰਤ ਬਣੀ ਹੈ ਜੇਲ੍ਹ ਦੇ ਵਿੱਚ ਉਹ ਸਾਰਾ ਕੁਝ ਚੜਿਆ ਹੋਏਗਾ ਉਹਦੇ ਜੀ ਪਰ ਜਿਹੜਾ ਕੱਚਾ ਕਹਿਤੀ ਆ ਉਹ ਤਾਂ ਕਾਗਜ਼ ਦੇ ਵਿੱਚ ਅੰਡਰ ਟ੍ਰਾਇਲ ਹੈ ਨਾ ਵਿਲਾ ਕਿਉਂ ਨਹੀਂ ਜੇਲ੍ਹ ਦੇ ਵਿੱਚ ਬਸ ਖਾਣਾ ਹੈ ਸੋਣਾ ਹੈ ਬਸ ਇੱਕ ਅਨੁਸ਼ਾਸਨ ਦੇ ਵਿੱਚ ਰਹਿਣਾ ਹੈ ਹੋਰ ਕੁਝ ਨਹੀਂ ਹੈ ਪਰ ਇਹ ਸਚਾਈ ਹੈ ਕਿ ਜਿਹੜੇ ਗਰੀਬ ਲੋਕ ਨੇ ਮਤਲਬ ਹੁਣ ਦੇਖੋ ਉਥੇ ਕੌਣ ਪਾਣੀ ਵਰਗੀ ਦਾਲ ਖਾ ਸਕਦਾ ਕੋਈ ਮਹੀਨਾ ਖਾਲੂ ਕੋਈ 10 ਦਿਨ ਖਾਲੂ ਜਿਨ੍ਹਾਂ ਦੀਆਂ ਲੰਬੀਆਂ ਕੈਦਾਂ ਨੇ ਘਰਾਂ 'ਚ ਖੁਸ਼ੀ ਵੀ ਨਹੀਂ ਹੈਗਾ ਉਹ ਕੀ ਕਰਦੇ ਨੇ ਕਿ ਉਹ ਗਾਂ ਫਿਰ ਜ਼ਿਲ੍ਹਾ ਦੇ ਵਿੱਚ ਮੁਸ਼ਕਤੀ ਬਣ ਜਾਂਦੇ ਨੇ ਜੀ ਮੁਸ਼ਕਤੀ ਕੀ ਬਣਦੇ ਨੇ ਕਿ ਦੇਖੋ ਉੱਥੇ ਵੀ ਇੱਕ ਵਰਗੀਕਰਨ ਹੈ ਜੀ ਮਤਲਬ ਕਿ ਇੱਕ ਐਸਾ ਵਰਗ ਚਾਹੇ ਉਹਦੇ 'ਚ ਐਸਸੀ ਪਾਈਚਾਰੇ ਦੇ ਲੋਕ ਹੋਣ ਬੀਸੀ ਪਾਈਚਾਰੇ ਦੇ ਲੋਕ ਹੋਣ ਜਾਂ ਜਰਨਲ ਕੈਟਾਗਰੀ 'ਚ ਵੀ ਲਾ ਲੋ ਕਿ ਜਿਵੇਂ ਇਸ ਇਸ ਤਰ੍ਹਾਂ ਹੈ ਨਾ ਉੱਥੇ ਵੀ ਹੈ ਉਹ ਗਰੀਬ ਉੱਥੇ ਜਾ ਕੇ ਇੱਕ ਗਰੀਬ ਹੀ ਹੁੰਦਾ ਜੇਲੀ ਜੇਲੀ ਹੁੰਦਾ ਤਾਂ ਉਹਦੇ ਚ ਕੀ ਹੈ ਕਿ ਜਿਹੜੇ ਅਤ ਦੇ ਗਰੀਬ ਲੋਕ ਨੇ ਲੰਬੀ ਕੈਦ ਵਾਲੇ ਨੇ ਉਹ ਫਿਰ ਮਸ਼ਕਤੀ ਬਣ ਜਾਂਦੇ ਨੇ ਉਹ ਅਮੀਰਾਂ ਦੇ ਕੱਪੜੇ ਧੋਂਦੇ ਨੇ ਬੌਕਰਾਂ ਮਾਰਦੇ ਨੇ ਉਹਨਾਂ ਦੇ ਖਾਣੇ ਨੂੰ ਬਣਾਉਂਦੇ ਨੇ ਫਿਰ ਜਿਹੜਾ ਕੱਚਾ ਕੈਦੀ ਆ ਜਿਹੜਾ ਬਹੁਤ ਦੂਰ ਦਾ ਮੰਨ ਲਓ ਕੁਛ ਮੈਂ ਪ੍ਰਵਾਸੀ ਦੇਖਿਆ ਉਹਨਾਂ ਦਾ ਬਹੁਤ ਸ਼ੋਸ਼ਣ ਹੁੰਦਾ ਸੀਗਾ ਜੇਲ੍ਹ ਦੇ ਵਿੱਚ ਕਿਉਂਕਿ ਪਿੱਛੇ ਤਾਂ ਉਹਨਾਂ ਹੀ ਨਹੀਂ ਕਿਸੇ ਨੇ ਤਾਂ ਉਹਨਾਂ ਨੂੰ ਵੀ ਥੋੜਾ ਬਹੁਤਾ ਖਿਲਾਫ ਲਾ ਕੇ ਸਾਰੀ ਦਿਹਾੜੀ ਬੌਕਰ ਮਰਵਾਈ ਜਾਂਣੀ ਕਦੇ ਕੋਸ਼ਿਸ਼ ਕੀਤੀ ਜਾਣਾ ਕਦੇ ਕੋਸ਼ਿਸ਼ ਕੀਤੀ ਜਾਣਾ ਤਾਂ ਇਸ ਤਰ੍ਹਾਂ ਮਤਲਬ ਕਿ ਹੈ ਜੀ ਜੇਲ੍ਹ ਦੇ ਵਿੱਚ 5-10 ਰੁਪਏ ਦੇ ਦੇਦੇ ਨੇ ਸਾਰੀ ਦਿਹਾੜੀ ਭਾਂਡੇ ਮੰਜਾਈ ਜੋ ਕਈ ਤੇ ਮਾਲਸ਼ਾ ਕਰਾਈ ਜਾਂਦੇ ਨੇ ਉੱਥੇ ਜੀ ਐਡੀਆਂ-ਐਡੀਆਂ ਪਿੰਜਰੀਆਂ ਨੇ ਖਾ-ਖਾ ਕੇ ਢਿੱਡ ਵਧਾਏ ਹੋਏ ਇਹਨਾਂ ਨੇ ਬਾਹਰ ਲੋਕਾਂ ਦੇ ਮਾਲ ਪੱਤੇ ਉਹ ਉੱਥੇ ਪਿੰਜਰੀਆਂ ਘਟਾਈ ਜਾਂਦੇ ਨੇ ਮੈਨੂੰ ਤੇ ਕੰਮ ਬਈ ਬੁਰਾ ਲੱਗਦਾ ਅਸੀਂ ਬਥੇਰੀਆਂ ਕਟੀਆਂ ਪਰ ਕਦੇ ਇਸ ਤਰ੍ਹਾਂ ਦੇ ਚੱਕਰ 'ਚ ਨਹੀਂ ਪਏ ਠੀਕਰ ਰਲ ਮਿਲ ਕੇ ਕੰਮ ਕਰਦੇ ਹੁੰਦੇ ਸੀ ਆਪ ਦਾ ਆਪ ਹੀ ਆਪ ਹੀ ਕਰਨਾ ਸਾਰਾ ਕੁਝ ਚਾਰ ਬੰਦੇ ਰਲ ਗਏ ਇੱਕੋ ਜੇ ਆਪ ਹੀ ਬਣਾ ਲੈਣਾ ਆਪ ਹੀ ਖਾ ਲੈਣਾ ਆਪ ਹੀ ਧੋ ਲੈਣਾ ਕੀ ਉੱਥੇ ਭਈ ਕੀ ਹੋ ਗਿਆ ਤਾਂ ਮਤਲਬ ਕਿ ਇਸ ਤਰ੍ਹਾਂ ਇਹ ਸਾਰਾ ਕੁਝ ਜਿਹੜਾ ਚੱਲਦਾ ਹੈ ਮੈਂ ਤੁਹਾਨੂੰ ਅੰਦਰਲੀ ਤਸਵੀਰ ਜਿਹੜੀ ਹੈ ਉਹ ਥੋੜੀ ਹੋਰ ਨਖੇੜ ਕੇ ਦੱਸ ਰਿਹਾ ਜੀ ਕਿ ਇਹ ਜਿਹੜਾ ਨਖੇੜ ਰਿਹਾ ਨਾ ਇਹ ਨਿਖਰੀ ਹੋਈ ਤਸਵੀਰ ਤੁਹਾਡੇ ਸਾਹਮਣੇ ਆ ਜਾਵੇ ਕਿ ਭਈ ਉੱਥੇ ਵੀ ਸ਼ੋਸ਼ਣ ਹੁੰਦਾ ਹੈ ਜੀ ਤਾਂ ਇਹ ਬਹੁਤ ਵੱਡਾ ਨੁਕਤਾ ਇਹਨਾਂ ਨੇ ਚੁਕਿਆ ਕਿ ਉਥੇ ਗਰੀਬ ਦਬਕੇ ਦੇ ਐਸ்சி ਭਾਈਚਾਰੇ ਦੇ ਲੋਕ ਇਸੇ ਤਰ੍ਹਾਂ ਹੀ ਕੰਮ ਕਰਦੇ ਨੇ ਚਾਹੇ ਉਹ ਮਤਲਬ ਕਿ ਸਰਕਾਰ ਦਾ ਕਰਦੇ ਨੇ ਪੁਲਿਸ ਵਾਲਿਆਂ ਦਾ ਜੇਲ੍ਹ ਪ੍ਰਸ਼ਾਸਨ ਦਾ ਚਾਹੇ ਕਈ ਵਾਰ ਉਹ ਜਿਹੜੇ ਆਮ ਅਮੀਰ ਕੈਦੀ ਨੇ ਜਿਨ੍ਹਾਂ ਦਾ ਪਿੱਛੋਂ ਕੰਮ ਕਰ ਚੱਲਦਾ ਹੈ ਚੰਗੀਆਂ ਜ਼ਮੀਨ ਜਾਇਦਾਦਾਂ ਨੇ ਜਾਂ ਫਿਰ ਇਹ ਹੈ ਕਿ ਮੰਨ ਲਓ ਕਿਸੇ ਨੇ ਬਹੁਤ ਧਨ ਜੋੜਿਆ 2 ਨੰਬਰ ਦਾ ਕਰਪਸ਼ਨ ਕੀਤੀ ਹੈ ਉਹਦੇ ਕੋਲ ਥਾ ਪੈਸਾ ਹੈ ਆਈ ਜਾਂਦਾ ਚਲੀ ਜਾਂਦਾ ਤੇ ਇਸ ਤਰ੍ਹਾਂ ਦੇ ਬੰਦੇ ਨੇ ਤਾਂ ਕਈਆਂ ਨੇ 2-2 3-3 ਮਸ਼ਕਤੀ ਵੀ ਰੱਖੇ ਸੀਗੇ ਕਿਸੇ ਟਾਈਮ ਮੈਂ ਖੁਦ ਦੇਖਿਆ ਜੀ ਜੀ ਮੈਂ ਖੁਦ ਦੇਖਿਆ ਨੇ ਉਹਨਾਂ ਦੀਆਂ ਪੱਟੀਆਂ ਚਲਦੀਆਂ ਰਹਿੰਦੀਆਂ ਹੁੰਦੀਆਂ ਸੀਗੀਆਂ ਲੜਾਈਆਂ ਚੜੀਆਂ ਰਹਿੰਦੀਆਂ ਹੁੰਦੀਆਂ ਸੀਗੀਆਂ ਸਾਨੂੰ ਕਿਸੇ ਦੇ ਖਾਣ ਪੀਣ ਨਾਲ ਕੋਈ ਪ੍ਰੋਬਲਮ ਨਹੀਂ ਪਰ ਬੰਦੇ ਦੇ ਹੱਥੋਂ ਬੰਦੇ ਦਾ ਸ਼ੋਸ਼ਣ ਉੱਥੇ ਵੀ ਹੁੰਦਾ ਹੈ ਜੀ 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 ਬਿਲਕੁਲ ਬਿਲਕੁਲ ਜੀ ਇਧਰ ਉਹ ਰੋਹਿਤ ਸ਼ਰਮਾ ਜੀ ਕਹਿੰਦੇ ਆ ਜੇਲਾਂ ਵਿੱਚ ਇਹ ਆਮ ਗੱਲਾਂ ਨੇ ਵੀਰ ਜੀ ਤੇ ਇਧਰੋਂ ਚਰਨਜੀਤ ਸਿੰਘ ਸ਼ੈਲੀ ਕਰੇ ਜੀ ਜ਼ਰਦੇ ਦੀ ਪੁੜੀ ਆ 2000 ਦੀ ਆ ਜੀ 1200 ਦੀ ਸਾਡੇ ਵੇਲੇ ਬਸ ਫਿਰ 2000 ਹਾਂਜੀ 2000 ਦੀ ਪੁੜੀ ਜਿਹੜੀ ਹੈ ਨਾ ਉਹ ਜ਼ਰਦੇ ਦੀ ਹੋ ਗਈ ਹੈ ਜੀ ਤੇ 1200 ਦੀ ਤਾਂ ਕਹਿੰਦੇ ਕਿ ਸਾਡੇ ਵੇਲੇ ਸੀ ਇਹ ਸੱਚ ਹੈ ਰੇਟ ਚੱਕਿਆ ਕਿ ਉਦੋਂ 70 ਰੁਪਏ ਦੀ ਹੁੰਦੀ ਸੀ ਮਾਨ ਸਾਹਿਬ ਉਹ ਕੋਈ ਇੱਥੇ ਮੈਂ ਹੁਣ ਮਤਲਬ ਕਿ ਸਨ ਤੇ ਨਹੀਂ ਯਾਦ ਰੱਖ ਸਕਦਾ ਇੱਥੇ ਹੁੰਦੇ ਸੀ ਅਸੀਂ ਮੁਕਸਰ ਤੇ ਉਹ ਉੱਥੇ ਉਦੋਂ ਫਰੀ ਸੀਗਾ ਕੰਮ ਖੁੱਲਾ ਹੀ ਹੁੰਦਾ ਸੀਗਾ ਬੀੜੀਆਂ ਬੂੜੀਆਂ ਵੀ ਚਲਦੀਆਂ ਸੀਗੀਆਂ ਉੱਥੇ ਹੁਣ ਤਾਂ ਇਹ ਚੀਜ਼ਾਂ ਬੰਨ ਕਰ ਦਿੱਤੀਆਂ ਤੇ ਉਹਦੇ ਨਾਲ ਫਿਰ ਜਿਹੜੀ ਬਲੈਕ ਜ਼ਿਆਦਾ ਵਧ ਗਈ ਆ ਜੀ ਤਾਂ ਭਾਈ ਹੁਣ ਇਹ ਜਿਹੜਾ ਨਵਜੋਤ ਸਿੰਘ ਸਿੱਧੂ ਨੇ ਨਿਸ਼ਾਨਾ ਲਾਇਆ ਨਾ ਅਸਲ ਚ ਭਗਵੰਤ ਮਾਨ ਤੇ ਆ ਇਹ ਜੀ ਦੋ ਗੱਲਾਂ ਫੇਰ ਨਿਕਲਣ ਲੱਗੀਆਂ ਓਵਰ ਆਲ ਜੇ ਤੁਸੀਂ ਉਸ ਪੀਸੀ ਨੂੰ ਦੇਖੋਗੇ ਹਵੇਲੀ ਆ ਸਿੱਧੂ ਦੀ ਬੋਲ ਰਿਹਾ ਸਿੱਧੂ ਮੰਚ ਵੀ ਬਹੁਤ ਵੱਡਾ ਗੱਲ ਵੀ ਬਹੁਤ ਵੱਡੀ ਆ ਸਿਕਿਉਰਿਟੀ ਦਾ ਮੁੱਦਾ ਸਿੱਧੂ ਮੂਸੇਵਾਲੇ ਦੀ ਸਿਕਿਉਰਿਟੀ ਦਾ ਮੁੱਦਾ ਸਰਕਾਰ ਵਾਸਤੇ ਇੱਕ ਫਸਤਾਫਾ ਤਾ ਉਧਰੋਂ ਸਿੱਧੂ ਆਪਣੀ ਸਿਕਿਉਰਿਟੀ ਦਾ ਮੁੱਦਾ ਚੁੱਕ ਰਿਹਾ ਕਹਿੰਦਾ ਇੱਕ ਮਰ ਗਿਆ ਸਿੱਧੂ ਤੇ ਦੂਜੇ ਨੂੰ ਮਰਵਾਉਣ ਨੂੰ ਫਿਰਦੇ ਨੇ ਤੇ ਮੈਟਰ ਤਾਂ ਨਹੀਂ ਮਰਨ ਤੋਂ ਮਤਲਬ ਕਿ ਮੰਚ ਦੇਖੋ ਗੱਲ ਦੇਖੋ ਕਿੰਡੀ ਵੱਡੀ ਆ ਜੀ ਤਾ ਉਹ ਸਿੱਧਾ ਜਿਹੜਾ ਇੱਕ ਤਰ੍ਹਾਂ ਨਾਲ ਕਹਿ ਲੋ ਨਾ ਕਿ ਕਨੈਕਸ਼ਨ ਹੈ ਭਗਵੰਤ ਮਾਨ ਦੇ ਨਾਲ ਜੀ ਪੰਜਾਬ ਨੂੰ ਕੀ ਬਣਾ ਦਿੱਤਾ ਕਿੰਨੀਆਂ ਕੰਪਨੀਆਂ ਬੁਲਾ ਲਈਆਂ 16 ਤਰੀਕ ਤੱਕ ਦਾ ਬਹਾਨਾ ਸੀ ਉਹ ਬਹੁਤ ਵੱਡਾ ਮੁੱਦਾ ਸੀਗਾ ਉਹ ਦਾ ਨਿਸ਼ਾਨਾ ਭਗਵੰਤ ਮਾਨ ਤੇ ਜੇਲ੍ਹ ਵਾਲਾ ਕਿਉਂਕਿ ਜੇਲ੍ਹ ਮੰਤਰਾਲਾ ਇਸ ਵੇਲੇ ਭਗਵੰਤ ਮਾਨ ਹੋਰਾਂ ਦੇ ਕੋਲ ਆ ਉਹਨਾਂ ਨੇ ਨਿਸ਼ਾਨਾ ਜਿਹੜਾ ਉਹ ਭਗਵੰਤ ਮਾਨ ਤੇ ਹੀ ਗੱਸਿਆ ਕਿ ਦੇਖੋ ਜੀ ਤੁਹਾਡੇ ਰਾਜ ਪ੍ਰਬੰਧ ਦੇ ਵਿੱਚ ਆ ਕੁਸ਼ ਮੈਂ ਉਥੋਂ ਵੇਖ ਕੇ ਆਇਆ ਜੀ ਜੀ ਤਾਂ ਮਤਲਬ ਕਿ ਇੱਕ ਵੱਡੇ ਪਲੇਟਫਾਰਮ ਤੇ ਵੱਡੀ ਗੱਲ ਜਿਹੜੀ ਹੈ ਉਹ ਇਸ ਤਰ੍ਹਾਂ ਉਹਨਾਂ ਨੇ ਵੱਖ-ਵੱਖ ਬਿੰਦੂਆਂ ਨੂੰ ਸ਼ੋਕ ਕੇ ਕੀਤੀ ਆ ਉਥੇ ਜੀ 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 ਬਿਲਕੁਲ ਬਿਲਕੁਲ ਜੀ ਉੱਪਰ ਵੀ ਇੱਕ ਕਮੈਂਟ ਆ ਰਿਹਾ ਸੀ ਵੀਰਦਾ ਜੀ ਉਹ ਕਹ ਰਿਹਾ ਸੀ ਕਿ ਨਵਜੋਤ ਸਿੰਘ ਸਿੱਧੂ ਸਕਿਉਰਟੀ ਦੇ ਮਸਲੇ ਉੱਤੇ ਬਹੁਤ ਬੋਲਣੇ ਜੀ ਕਹਿੰਨੇ ਕਿ ਬਹੁਤ ਜ਼ਿਆਦਾ ਰੌਲਾ ਪਿਆ ਹਰਪ੍ਰੀਤ ਸਿੰਘ ਸਰਾਹ ਕਹ ਰਿਹਾ ਕਿ ਨਹੀਂ ਮੈਂ ਤੁਹਾਨੂੰ ਦੱਸਿਆ ਨਾ ਕਿ ਉਹ ਦੋ ਤਿੰਨ ਚੀਜ਼ਾਂ ਜਿਹੜੀਆਂ ਸੀ ਉਹ ਸਿੱਧੀਆਂ ਕਿਤੇ ਨਾ ਕਿਤੇ ਭਗਵੰਤ ਮਾਨ ਦੇ ਨਾਲ ਜੁੜੀਆਂ ਹੋਈਆਂ ਨੇ ਕਿਉਂਕਿ ਬਲਤੇਜ ਪੰਨੂ ਹੋਰਾਂ ਦੀ ਨੇੜਤਾ ਜੀ ਭਗਵੰਤ ਮਾਨ ਦੇ ਨਾਲ ਉਹਨਾਂ ਦੇ ਫੈਮਿਲੀ ਬਾਰੇ ਬੋਲਣਾ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਭਗਵੰਤਮਾਨ ਨਾਲ ਜੁੜੀਆਂ ਨੇ ਜਿਹੜੀਆਂ ਬਹੁਤੀਆਂ ਉਹਨਾਂ ਨੇ ਬੋਲੀਆਂ ਨੇ ਉੱਥੇ ਜਿੰਨੀਆਂ ਕੋ ਅੰਸ਼ ਦੇ ਰੂਪ ਚ ਮੈਂ ਪੜੀਆਂ ਉਹ ਤਮਾਮ ਤੇ ਨਹੀਂ ਪੜੀਆਂ ਕਿੰਨੇ ਮਿੰਟ ਦੀ ਉਹ ਪੀਸੀ ਸੀ ਕਿ ਪਰ ਜਿੰਨੇ ਕੋ ਅੰਸ਼ ਮੈਂ ਪੜੇ ਨੇ ਵੱਡੀਆਂ ਖਬਰਾਂ ਦੇ ਵਿੱਚ ਜਿਹੜੀ ਛਪਿਆ ਤਾਂ ਉਹ ਸਾਰੇ ਜਿਆਦਾ ਮੁੱਖ ਅੰਸ਼ ਜਿਹੜੇ ਆ ਉਹ ਇੰਟਰਵਿਊ ਦੇ ਹਾਈਲਾਈਟਸ ਜਿਹਨੂੰ ਆਪਾਂ ਕਹਿ ਦਿੰਨੇ ਆ ਤਾਂ ਉਹ ਸਿੱਧੇ ਤੌਰ ਤੇ ਬੁਨਿਆਦੀ ਤੌਰ ਤੇ ਕਹਿ ਲੋ ਕਿ ਉਹ ਜੁੜੇ ਹੋਏ ਨੇ ਸੀਐਮ ਸਾਹਿਬ ਦੇ ਨਾਲ ਜੀ ਜੀ ਬਿਲਕੁਲ ਬਿਲਕੁਲ